ਕੰਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਫਿਰ ਤੋਂ ਸਵਾਗਤ ਕਰਦੇ ਹਾਂ। ਤੁਹਾਨੂੰ ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਾ ਵਿਵਾਦ ਚੱਲ ਰਿਹਾ ਸੀ ਅਤੇ ਉਸ ਵਿਵਾਦ ਦਾ ਕਾਫੀ ਲੰਬੇ ਸਮੇਂ ਚੱਲੀ ਮੀਟਿੰਗ ਤੋਂ ਬਾਅਦ ਅੱਜ ਅੰਤ ਹੋ ਗਿਆ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਾਗੀ ਸਿੰਘਾਂ ਦੇ ਪ੍ਰਧਾਨ ਭਾਈ ਓਂਕਾਰ ਸਿੰਘ, ਭਾਈ ਗੁਰਦੇਵ ਸਿੰਘ ਕੁਹਾੜਕਾ, ਭਾਈ ਹਰਨਾਮ ਸਿੰਘ, ਭਾਈ ਸਤਨਾਮ ਸਿੰਘ ਕੁਹਾੜਕਾ, ਭਾਈ ਕੁਲਦੀਪ ਸਿੰਘ, ਭਾਈ ਸਤਿੰਦਰਵੀਰ ਸਿੰਘ, ਭਾਈ ਸ਼ੌਕੀਨ ਸਿੰਘ ਤੇ ਭਾਈ ਕਰਨੈਲ ਸਿੰਘ ਨਾਲ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਇਕੱਤਰਤ ਹਾਲ ਵਿਖੇ ਗੁਪਤ ਰੂਪ ਵਿੱਚ ਮੀਟਿੰਗ ਹੋਈ ਅਤੇ ਬਾਅਦ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨ ਡਿਊਟੀ ਦੇ ਕੰਮ ਵਿੱਚ ਰਾਗੀ ਸਿੰਘਾਂ ਤੇ ਸਿੰਘ ਸਾਹਿਬਾਂ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਮੋ ਸਾਹਮਣੇ ਬਿਠਾ ਕੇ ਬੜੇ ਸਹਿਜਤਾ ਅਤੇ ਪ੍ਰੇਮ ਦੇ ਨਾਲ ਉਹਨਾਂ ਦੇ ਸਾਰੇ ਮਸਲੇ ਨੂੰ ਹੱਲ ਕਰ ਦਿੱਤਾ। ਸਿੰਘ ਸਾਹਿਬ ਨੇ ਉੱਥੇ ਮੌਜੂਦ ਸਾਰੇ ਰਾਗੀ ਸਿੰਘਾਂ ਨੂੰ ਗਲਵਕੜੀ ਦੇ ਵਿੱਚ ਲਿਆ ਅਤੇ ਸਾਰਿਆਂ ਨੂੰ ਪ੍ਰੇਮ ਭਾਵਾਂ ਦੇ ਨਾਲ ਰਹਿਣ ਲਈ ਕਿਹਾ ਅਤੇ ਇਸ ਮੌਕੇ ਉਹਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਮੀਡੀਆ ਨੇ ਵੀਡੀਓ ਰਾਹੀਂ ਮੁਖਾਤਿਬ ਹੁੰਦਿਆਂ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਰਾਗੀ ਸਿੰਘਾਂ ਦਾ ਜੋ ਵਿਵਾਦ ਚੱਲ ਰਿਹਾ ਸੀ ਉਸ ਦਾ ਅੰਤ ਹੋ ਗਿਆ ਅਤੇ ਉਹ ਸਾਰੇ ਮਸਲੇ ਨੂੰ ਪਿਆਰ ਦੇ ਨਾਲ ਸੁਲਝਾ ਲਿਆ ਗਿਆ। ਉੱਥੇ ਹੀ ਰਾਗੀ ਸਿੰਘਾਂ ਨੇ ਵੀ ਕਿਹਾ ਕਿ ਸਿੰਘ ਸਾਹਿਬ ਦੀਆਂ ਸਾਡੇ ਪ੍ਰਤੀ ਕੁਝ ਪਿਆਰ ਦੀਆਂ ਭਾਵਨਾਵਾਂ ਹਨ ਅਤੇ ਉਹਨਾਂ ਨੇ ਉਹਨਾਂ ਨੂੰ ਗਲਵਕੜੀ ਲੈ ਕੇ ਸਾਰੇ ਮਸਲੇ ਨੂੰ ਬੜੇ ਪਿਆਰ ਦੇ ਨਾਲ ਸੁਲਝਾਇਆ ਹੈ। ਵਾਹਿਗੁਰੂ ਜੀ ਕੀ ਫਤਿਹ। ਔਰ ਜੋ ਪਿਛਲੇ ਦਿਨਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਦਾ ਅਤੇ ਔਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜੋ ਮਸਲਾ ਪਿਛਲੇ ਦਿਨਾਂ 'ਚੋਂ ਚੱਲ ਰਿਹਾ ਸੀ, ਜੋ ਮਤਭੇਦ ਜਾਂ ਮਨ ਮੁਟਾਵ ਕੁਝ ਗੱਲਾਂ ਕਰਕੇ ਹੋਏ ਸਨ, ਔਰ ਅੱਜ ਸਾਰੇ ਸਾਡੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਔਰ ਰਾਗੀ ਸਿੰਘਾਂ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਗਈ ਹੈ ਔਰ ਸਾਰੀ ਗੁਰੂ ਰਾਮਦਾਸ ਮਹਾਰਾਜ ਦੀ ਬੜੀ ਕਿਰਪਾ ਹੋਈ ਹੈ। ਉਹ ਸਾਰੀਆਂ ਗੱਲਾਂ ਬਾਤਾਂ ਬਹੁਤ ਵਧੀਆ ਮਾਹੌਲ ਦੇ ਵਿੱਚ ਹੋਈਆਂ, ਜੋ ਆਪ 'ਚ ਗੱਲਾਂ ਬਾਤਾਂ ਸੀਆਂ, ਇੱਕ ਦੂਜੇ ਦੀਆਂ ਤਾਂ ਕਲਾਮੀਆਂ ਸੀ, ਸਾਰੀਆਂ ਜਿਹੜੀਆਂ ਸੀਆਂ ਉਹ ਦੂਰ ਹੋ ਗਈਆਂ। ਸੋ ਅੱਜ ਸਾਰਿਆਂ ਨੇ ਗੱਲਬੱਕਰੀ ਪਾ ਕੇ ਗੁਰੂ ਰਾਮਦਾਸ ਮਹਾਰਾਜ ਦਾ ਧੰਨਵਾਦ ਕੀਤਾ ਕਿ ਅਸੀਂ ਗੁਰੂ ਮਹਾਰਾਜ ਨੇ ਸਾਨੂੰ ਸੇਵਾ ਬਖਸ਼ੀ ਹੈ। ਇਸੇ ਤਰ੍ਹਾਂ ਜਿਹੜੀ ਹੈ ਸੇਵਾ ਨਿਰੰਤਰ ਸ਼ਰਧਾ ਸਤਿਕਾਰ ਦੇ ਨਾਲ ਸਾਰੇ ਪ੍ਰੇਮ ਭਾਵਨਾ ਦੇ ਨਾਲ ਅਸੀਂ ਸਾਰੇ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ, ਜਿਵੇਂ ਕਿ ਆਪਾਂ ਪਹਿਲੀ ਮੀਟਿੰਗ ਦੇ ਵਿੱਚ ਹੀ ਆਪ ਜੀਆਂ ਦੇ ਸਨਮੁੱਖ ਇਹ ਰੱਖਿਆ ਸੀਗਾ ਵੀ ਸਿੰਘ ਸਾਹਿਬ ਜੀ ਨਾਲ ਜੋ ਵੀ ਸਾਡਾ ਮਤਭੇਦ ਜੋ ਉਭਰ ਕੇ ਆਏ ਸਨ ਸਾਰੇ, ਕਈ ਵਾਰੀ ਗਲਤ ਫਹਿਮੀਆਂ ਹੋ ਜਾਂਦੀਆਂ ਨੇ ਕਿਉਂਕਿ ਪ੍ਰਬੰਧ ਬੜਾ ਵੱਡਾ ਹੈ, ਤੇ ਸਿੰਘ ਸਾਹਿਬ ਜੀ ਦੀ ਭਾਵਨਾ ਵੀ ਸਾਨੂੰ ਹਮੇਸ਼ਾ ਇੱਥੇ ਕੀਰਤਨ ਕਰਨ ਲਈ ਦੇਖਣਾ ਚਾਹੁੰਦੇ ਨੇ ਚੜ੍ਹਦੀ ਕਲਾ ਦੇ ਵਿੱਚ। ਤੇ ਆਪਾਂ ਹੁਣ ਬਾਕੀ ਗੱਲਾਂ ਸਾਰੀਆਂ ਨੂੰ ਸਮੇਟ ਕੇ ਧੰਨ ਗੁਰੂ ਰਾਮਦਾਸ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ, ਪ੍ਰਧਾਨ ਜੀ ਆਪ ਆਏ ਨੇ, ਸਕੱਤਰ ਸਾਹਿਬਾਂ ਨਾਲ ਨੇ, ਤੇ ਸਿੰਘ ਸਾਹਿਬ ਜੀ ਨੇ ਸਾਰੇ ਰਾਗੀ ਸਿੰਘਾਂ ਨੂੰ ਆਪਣੀ ਗਲਵਕੜੀ ਦੇ ਵਿੱਚ ਲੈ ਕੇ ਨਿਵਾਜਿਆ ਹੈ। ਸਿੰਘ ਸਾਹਿਬ ਜੀ ਦਾ ਧੰਨਵਾਦ, ਪ੍ਰਧਾਨ ਜੀ ਦਾ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਠਾਨਕੋਟ ਸ਼ੁਕਰ ਹੈ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਰਾਗੀ ਸਿੰਘਾਂ ਦੇ ਸਿਰ ਤੇ ਹੱਥ ਰੱਖਿਆ, ਸਿੰਘ ਸਾਹਿਬ ਜੀ ਨੇ ਅਸੀਸ ਦਿੱਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੋ ਪਿਛਲੇ ਦਿਨੀ ਮੇਰੇ ਅਜੀਜ਼ ਬੱਚਿਆਂ ਨੇ, ਮੇਰੇ ਵੀਰਾਂ ਨੇ ਕੋਈ ਮੇਰੇ ਬਾਰੇ ਪੜਾਸ ਕੱਢੀ ਸੀ, ਅੱਜ ਸਾਡੇ ਮਾਣਯੋਗ ਪ੍ਰਧਾਨ ਜੀ ਜਥੇਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਸਰਦਾਰ ਰਜਿੰਦਰ ਸਿੰਘ ਜੀ ਮਹਿਤਾ, ਸਰਦਾਰ ਮਹਿੰਦਰ ਸਿੰਘ ਜੀ ਆਹਲੀ, ਸਰਦਾਰ ਸੁਖਦੇਵ ਸਿੰਘ ਜੀ ਪੂਰਾ, ਸੋ ਸਾਰੇ ਗੁਰਮੁਖਾਂ ਨੇ ਬੈਠ ਕਰਕੇ ਭਾਈ ਓਂਕਾਰ ਸਿੰਘ ਜੀ, ਭਾਈ ਗੁਰਦੇਵ ਸਿੰਘ ਜੀ ਕੁਹਾੜਕਾ, ਭਾਈ ਸਤਨਾਮ ਸਿੰਘ ਜੀ ਕੁਹਾੜਕਾ, ਭਾਈ ਗੁਰਦੇਵ ਆਪਣਾ ਦਵਿੰਦਰ ਸਿੰਘ ਜੀ, ਭਾਈ ਸ਼ੌਕੀਨ ਸਿੰਘ ਜੀ ਔਰ ਭਾਈ ਕਰਨੈਲ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ, ਸਾਰੇ ਹੀ ਗੁਰਮੁਖਾਂ ਪਿਆਰਿਆਂ ਨੇ ਰਲ ਮਿਲ ਕੇ ਇਹ ਜਿਹੜਾ ਕੋਈ ਭਰਮ ਸੀਗਾ ਉਹ ਦੂਰ ਕੀਤਾ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਠਾਨਕੋਟ ਸ਼ੁਕਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।